ਦੀਆਂ ਵਧਦੀਆਂ ਕੀਮਤਾਂ ਨੂੰ ਵੇਖ ਕੇ ਤਾਂ ਇੰਜ ਲੱਗਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਲੋਕਾਂ ਨੂੰ ਪੈਟਰੋਲ ਡੀਜ਼ਲ ਖਰੀਦਣ ਲਈ ਉਧਾਰ ਲੈਣਾ ਪਵੇਗਾ। ਭਵਿੱਖ ਦੇ ਅਜਿਹੇ ਹਾਲਾਤ ਵਿਖਾਉਣ ਲਈ ਲੁਧਿਆਣਾ ਵਿੱਚ ਸ਼ਿਵ ਸੈਨਾ ਦੀ ਇਕਾਈ ਪੈਟਰੋਲ ਡੀਜ਼ਲ ਤੇ ਲੋਨ ਦਿੰਦੀ ਨਜ਼ਰ ਆਈ। ਸੰਸਥਾ ਵੱਲੋਂ ਪੈਟਰੋਲ ਪੰਪਾਂ ਤੇ ਲੋਕਾਂ ਨੂੰ ਲੋਨ ਦਿੱਤਾ ਜਾ ਰਿਹਾ ਹੈ। ਸ਼ਿਵ ਸੈਨਾ ਪੰਜਾਬ ਨੇ ਇਹ ਵੱਖਰਾ ਪ੍ਰਦਰਸ਼ਨ ਇਸ ਕਰਕੇ ਕੀਤਾ ਤਾਂ ਜੋ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਨੂੰ ਸੁਚੇਤ ਕੀਤਾ ਜਾ ਸਕੇ। ਸਰਕਾਰ ਨੂੰ ਅਹਿਸਾਸ ਦਿਲਾਉਣ ਲਈ ਅੱਜ ਇੱਕ ਸ਼ਿਵ ਸੈਨਾ ਪੰਜਾਬ ਨੇ ਇੱਕ ਪਹਿਲ ਕੀਤੀ ਹੈ ਤਾਂ ਕਿ ਸਰਕਾਰ ਨੂੰ ਚੇਤਾ ਆਵੇ ਕਿ ਜਿਹੜੀ ਜਨਤਾ ਜਿਨ੍ਹਾਂ ਨੇ ਵੋਟਾਂ ਪਾ ਕੇ ਸਰਕਾਰ ਨੂੰ ਸੈਂਟਰ ਦੇ ਵਿੱਚ ਅਤੇ ਸਟੇਟ ਦੇ ਵਿੱਚ ਲਿਆਉਂਦਾ ਹੈ, ਉਹਨਾਂ ਬਾਰੇ ਵੀ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ। ਇਸ ਕਰਕੇ ਸਰਕਾਰ ਨੂੰ ਚੇਤਾ ਜਲਾਉਣ ਲਈ ਕਿ ਅਸੀਂ ਵੀ ਹੈਗੇ, ਅਸੀਂ ਅੱਜ ਇੱਕ ਲੋਨ ਮੇਲਾ ਸ਼ੁਰੂ ਕੀਤਾ ਸਿਰਫ ਪੈਟਰੋਲ ਔਰ ਡੀਜ਼ਲ ਵਾਸਤੇ, ਜਿਹਦੇ ਆਧਾਰ 'ਤੇ ਅਸੀਂ ਸਰਕਾਰ ਨੂੰ ਚੇਤਾ ਕਰਾਉਣਾ ਚਾਹੁੰਦੇ ਹਾਂ ਕਿ ਪੈਟਰੋਲ ਨੂੰ ਇਸ ਸਤਰ ਦੇ ਉੱਤੇ ਚਲਾ ਗਿਆ ਕਿ ਲੋਕ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚੋਂ ਆਪਣੀ ਪੋਕਟ ਮਨੀ ਦੇ ਵਿੱਚੋਂ ਪੈਟਰੋਲ ਨਹੀਂ ਪਵਾ ਸਕਦੇ, ਉਹਨਾਂ ਨੂੰ ਅਸੀਂ ਲੋਨ ਵੀ ਲੈਣਾ ਪੈ ਸਕਦਾ ਪੈਟਰੋਲ ਲਈ। ਇਸ ਕਰਕੇ ਅਸੀਂ ਅੱਜ ਲੋਨ ਮੇਲਾ ਸ਼ੁਰੂ ਕੀਤਾ। ਪੈਸੇ ਨਹੀਂ ਹੈਗੇ ਤਾਂ ਲੋਨ ਨਹੀਂ ਲੈਣਾ ਮੈਂ, ਜਦ ਪੈਟਰੋਲ ਜੋ ਪੈਸੇ ਨਹੀਂ ਹੋਣਗੇ ਤਾਂ ਬੰਦਾ ਕੀ ਕਰੂਗਾ, ਲੋਨ ਹੀ ਲਊਗਾ ਨਾ, ਹੋਰ ਤਾਂ ਕੁਝ ਕਰੂਗਾ ਨਹੀਂ। ਮੋਦੀ ਸਰਕਾਰ ਨੂੰ ਕਹਿੰਦਾ ਸਰਕਾਰ ਪਬਲਿਕ ਬਾਰੇ ਸੋਚੇ, ਉਹਨੂੰ ਪੈਟਰੋਲ ਦਾ ਰੇਟ ਘਟਾਵੇ, ਹੋਰ ਤੁਸੀਂ ਕੁਛ ਨਹੀਂ ਕਹਿਣਾ ਚਾਹੁੰਦੇ। ਰੇਟ ਘਟੂਗਾ ਤਾਂ ਹੀ ਜਨਤਾ ਖੁਸ਼ ਰਹੇਗੀ, ਕਿਉਂਕਿ ਪੈਟਰੋਲ ਦੇ ਜੋ ਰੇਟ ਹੈਗੇ ਨੇ ਅੱਜ ਕੱਲ੍ਹ ਬਹੁਤ ਜ਼ਿਆਦਾ ਵੱਧ ਗਏ ਨੇ ਅਤੇ ਪੈਟਰੋਲ ਸਾਡਾ ਪਿੱਛੇ ਖਤਮ ਹੋ ਗਿਆ ਸੀਗਾ ਅਤੇ ਗੱਡੀ 'ਤੇ ਧੱਕੇ ਮਾਰ ਕੇ ਆਏ। ਇੱਥੇ ਆ ਕੇ ਲੋਨ ਲਿਆ ਜੀ? ਇੱਥੇ ਆ ਕੇ ਲੋਨ ਇਹਨਾਂ ਨੇ ਕਰਵਾਏ, ਸਕੀਮ ਬਹੁਤ ਅੱਛੀ ਸਕੀਮ ਹੈ ਜੀ। ਜਿਸ ਹਿਸਾਬ ਨਾਲ ਰੇਟ ਵੱਧ ਰਹੇ ਨੇ ਉਸ ਹਿਸਾਬ ਨਾਲ ਆਮ ਆਦਮੀ ਨੂੰ ਹੁਣ ਜਲਦੀ ਹੀ ਇਹ ਕੰਮ ਕਰਾਉਣਾ ਪਏਗਾ, ਇਸ 'ਤੇ ਵੀ ਲੋਨ ਲੈਣਾ ਪਏਗਾ।